ਪੂਰੀ ਤਿਆਰੀ ਕਰ ਲੱਗੇ ਆਪਾਂ ਆਫ ਰੋਡਿੰਗ, ਮੁੰਡਾ ਆਫ ਰੋਡਿੰਗ ਕਰੂ ਹੁਣ, ਦਾਗ ਲਵਾ ਲਿਆ ਮੁੰਡੇ ਨੇ ਆਉਂਦੇ ਨਹੀਂ, ਗੁਲਾਬ ਜਾਮਣਾ ਸਿੱਟ ਕੇ ਪਜਾਮੇ 'ਤੇ ਲੁਕੋ ਲੁਕੋ ਕੇ ਫੋਟੋਆਂ ਕਰਾਉਂਦਾ, ਉਹ ਵੀ ਤੁਹਾਨੂੰ ਦੱਸਿਆ ਕਿੱਦਾਂ ਨੇ ਲੁਕੋ ਲੁਕੋ ਕਰਾਈਆਂ ਫੋਟੋਆਂ ਦਾਗ ਨੂੰ, ਨਹੀਂ ਪਤਾ ਲੱਗਦਾ ਇੰਨਾ ਦਾਗ ਦਾ ਉਦਾਂ ਗੱਡੀ 'ਚੋਂ ਅੰਦਰ ਬਾਹਰ ਹੋਣ ਦੀ ਬਣਾ ਲਾ। ਬਸ ਚੱਲਦੀ ਗੱਡੀ 'ਚੋਂ ਤੋਂ ਉਤਰਨਾ, ਲਓ ਪੰਗੇ ਸਟਾਰਟ 4x4 ਦੇ। ਹੁਣ ਮੁੰਡਾ ਚਿੱਕੜੋ ਚਿੱਕੜ ਕਰੂ ਗੱਡੀ ਨੂੰ, ਲੈ ਜਾ ਉੱਥੇ ਹੁਣ ਖੇਤ 'ਚ। ਚੱਕ ਦੇ ਮੋਹਰਿਓ ਲੈ ਜਾ। ਨਹੀਂ 4x4 ਨਹੀਂ ਲਾਇਆ ਮੁੰਡੇ ਨੇ, ਦੇਖੀ ਉੱਤੇ ਨਾ ਚੜਦੀ। ਅੱਛਾ ਚੱਲ, ਮੈਂ ਤਾਂ ਕਿਹੜਾ ਤਿਆਰ ਹਾਂ, ਮੈਨੂੰ ਤਾਂ ਕੋਈ ਫਰਕ ਨੀ। ਇਹਨੇ ਟਾਇਰ ਘਸਾ ਕੇ ਜਾਣੇ ਜਾਂਦੇ ਨੇ ਮੈਨੂੰ, ਨਾ ਆਪਾਂ ਕਿਹੜਾ ਵਿੱਚ ਮਾਰਨਾ ਚਿੱਕੜ ਦੇ ਜਾਣ ਜੋ ਗਿਰੀ ਛੱਡ ਮੂਹਰੇ ਨਾ ਮਾੜੀ। ਆਹ ਆ ਚਿੱਕੜ ਤੇ ਘੁਮਾਈ, ਆ ਚਿੱਕੜ ਚ ਲਿਆ ਇਹਨੂੰ, ਕਹਿ ਚਿੱਕੜ ਤੋਂ ਬਚਾ ਕੇ ਨਾ ਨਾ ਹੁਣ ਬਾੜੀ ਹੈ ਗੱਡੀ ਤਾਂ ਲਿਆ ਵਿੱਚ ਚਿੱਕੜ ਦੇ। ਫੋਰ ਬਾਏ ਫੋਰ ਦੀ ਮੈਂ ਕਿਹਾ ਲੋੜ ਹੀ ਨਹੀਂ ਪੈਂਦੀ ਉਹਨੂੰ, ਫੋਰ ਬਾਏ ਫੋਰ ਤਾਂ ਲਾਵੇ। ਤੂੰ ਕਹਿ ਮੇਰਾ ਜਿੱਥੇ ਭਰਾਵਾ ਫੁੱਟਾਂ ਦੀ ਨਿਸ਼ਾਨੀ ਲੱਗੀ ਹੋਣਾ ਚੱਕ ਦੀ, ਲੱਖ ਰੁਪਈਆ ਮਰ ਜਾ, ਹੁਣ ਲੈ ਕੇ ਗਿਆ ਉੱਥੇ, ਹੁਣ ਫਸੀ ਜਾ ਕੇ, ਹੁਣ ਲਉ 4x4। 4x4 ਲਾਇਆ ਨੀ, ਲਵੇੜ ਨਹੀਂ ਹੈ ਬਸ। ਗੱਡੀ ਦਾ ਹਾਲ ਕੀ ਹੋ ਗਿਆ, ਇਹਦੇ 'ਚ ਹੀ ਲਿਆ, ਹੁਣ ਲਾਇਆ 4x4 ਕਰੀ।
ਆਹੋ ਉਹੀ ਤਾਂ ਮੈਂ ਕਹਿੰਦਾ ਵੀ ਲੋੜ ਹੀ ਨਹੀਂ ਬਈ। ਹੁਣ ਲਾਇਆ 4x4 ਚੱਲ ਜੇ ਮੰਨਦੀ ਕਿਤੇ ਯਾਰ ਫਿਰ ਪਾਣੀ ਛੱਡਦੀ ਹੈ ਥੋੜ੍ਹਾ ਜਿਹਾ ਹੋਰ ਖੇਤਾਂ 'ਚ ਕੱਦੂਆਂ ਦੇ ਟਾਈਮ 'ਤੇ ਆਉਂਦਾ ਤਾਂ ਅਸੀਂ ਕਿਤੇ ਮੈਂ ਕਹਿੰਦਾ ਲਾ ਲਾ 4x4 ਪਾਗਲ ਕਰ ਦੇਣਾ ਸੀ। ਹਾਲ ਕਰ ਲਿਆ ਗੱਡੀ ਦਾ ਗੱਡੀ ਮੇਰੀ ਘੁੰਮਦੀ ਫਿਰ ਨਿਕਲਦਾ ਲੱਗਦਾ ਮੈਨੂੰ ਗੱਡੀ ਦਾ ਰੰਗ ਹੀ ਬਦਲੀ ਕਰਤਾ ਟਲਦਾ ਨੀ ਹਲੇ ਨਹੀਂ, ਸਸਪੈਂਸ਼ਨ ਦੂਜੀ ਆ ਨਾ ਇਹਦੀ। ਦੇਖੋ ਜੀ ਹਾਲ ਹਾਲ ਦੇਖੀ ਕੀ ਹੋ ਗਿਆ।
ਹਾਲਤ ਕੀ ਕਰ ਲਈ ਗੱਡੀ ਦੀ, ਵੀਡੀਓ ਬਲੌਗ ਤਾਂ ਬਣ ਗਿਆ ਸਮਝ ਲਾ ਹੁਣ। ਉਹ ਵਿੱਚ ਪੰਗੇ ਲੈ ਕੇ ਪੰਗੇ ਲੈਂਦੇ ਆਏ ਆ ਚਿੱਕੜ। ਮੰਮਾ ਕਹਿੰਦੇ ਆ ਕੀ ਹਾਲ ਕੀਤਾ ਗੱਡੀ ਦਾ। ਉਹ ਰੰਗ ਬਹੁਤ ਸੋਹਣਾ ਲੱਗਣਾ ਸੀ ਨਾ ਜੇ ਆਹ ਰੰਗ ਹੁੰਦਾ ਗੱਡੀ ਦਾ। ਇੱਦੀ ਰੱਖ ਹੋਏ ਧੋਈ ਨਾ। ਧੋ ਹੁੰਦੀ ਪਈ ਹੁਣ ਪਹਿਲਾਂ ਮੁੰਡੇ ਨੇ ਚਿੱਕੜ ਤੇ ਬਾੜੀ ਤੇ ਹੁਣ ਚਿੱਕੜ ਦਾ ਬਾਰੀ ਕਿੱਥੇ ਕਿੱਥੇ ਵੜ ਗਿਆ ਹੁਣ ਇਹਦੇ ਹੁਣ ਜਾ ਕੇ। ਕੱਲ ਕਰਾਈ ਨਾ ਕਿ ਪਰਸੋਂ ਵਾਈਡ ਐਂਗਲ ਪਤਾ ਨੀ ਕਾਹਤੋਂ ਨੀ ਇੰਨਾ ਵਾਈਡ ਮੇਰੇ ਵਾਲਾ ਮਾਰਤਾ ਵਾਈਡ ਐਂਗਲ।